ਨਹੀਂ ਅਕਾਲੀ ਦਲ ਨੂੰ ਇਲੈਕਸ਼ਨ ਲੜਨੀ ਚਾਹੀਦੀ ਥੋਕ ਵਜਾ ਕੇ ਲੜਨੀ ਚਾਹੀਦੀ ਮੈਂ ਤਾਂ ਇੱਥੇ ਕੋਰਟ ਦੀ ਤਰੀਕ ਤੇ ਆਇਆ ਸਾਂ ਸੋ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿਉਂਕਿ ਪਾਰਟੀ ਦੀ ਮੀਟਿੰਗ ਉੱਥੇ ਚੰਡੀਗੜ੍ਹ ਸੱਦੀ ਹੋਈ ਹੈ ਮਗਰ ਮੇਰਾ ਇਹ ਮੰਨਣਾ ਕਿ ਇਹ ਜ਼ਰੂਰ ਸਾਡੇ ਪ੍ਰਧਾਨ ਸਾਹਿਬ ਕੈਂਪੇਨ ਨਹੀਂ ਕਰ ਸਕਦੇ ਉਹਨਾਂ ਤੇ ਰੋਕ ਹੈ ਉਹਦਾ ਹੈਂਡੀਕੈਪ ਤਾਂ ਜ਼ਰੂਰ ਹੈ ਮਗਰ ਬਾਕੀ ਵਰਕਰ ਤੇ ਲੀਡਰਸ਼ਿਪ ਤਗੜੇ ਹੋ ਕੇ ਲੜਾਈ ਲੜਨ ਸਰਕਾਰਾਂ 22 ਇਲੈਕਸ਼ਨ 'ਚ ਆਪਦਾ ਜ਼ੋਰ ਅਜ਼ਮਾਈ ਕਰਦੀਆਂ ਨੇ ਔਰ ਇਹ ਵੀ ਫੈਕਟ ਹੈ ਕਿ ਜਿੰਨੀਆਂ 22 ਇਲੈਕਸ਼ਨ ਪਿੱਛੇ ਹੋਈਆਂ ਨੇ ਕਾਂਗਰਸ ਵੇਲੇ ਸਾਡੇ ਵੇਲੇ ਜਾਂ ਹੋਰ ਸਮਿਆਂ 'ਚ ਜਿਹੜੀ ਵੀ ਰੂਲਿੰਗ ਪਾਰਟੀ ਆ ਉਹ ਲਗਭਗ ਉਹ ਇਲੈਕਸ਼ਨ ਜਿੱਤਿਆ ਮਗਰ ਗਾਹਾਂ ਜਨਰਲ ਇਲੈਕਸ਼ਨ ਉਹ ਹਾਰੇ ਨੇ ਸੋ ਕਿਉਂਕਿ ਕਾਫੀ ਕਿਸਮ ਦਾ ਪ੍ਰੈਸ਼ਰ ਪੈਸੇ ਦੀ ਦੁਰਵਰਤੋਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਰੂਲਿੰਗ ਪਾਰਟੀਆਂ ਇਹ ਹਥਕੰਡੇ ਅਪਣਾਉਂਦੀਆਂ ਨੇ ਮਗਰ ਇਹ ਵੀ ਵੇਖਿਆ ਕਿ 22 ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਮੇਨ ਇਲੈਕਸ਼ਨ ਹਾਰਦੀਆਂ ਵੀ ਨੇ ਸੋ ਪਾਰਟੀ ਨੇ ਫੈਸਲਾ ਕਰਨਾ ਮੇਰਾ ਆਪਦਾ ਵਿਊ ਬੜਾ ਕਲੀਅਰ ਹੈ ਜੀ ਕਿ ਸਾਨੂੰ ਚਾਹੇ ਗਿੱਦੜ ਵਿੱਚ ਸਾਡੇ ਬੈਸਟ ਕੈਂਡੀਡੇਟ ਪਾਰਟੀ ਸਮਝਦੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੋਣਾ ਸੀ ਉਹ ਨਹੀਂ ਲੜ ਸਕਦੇ ਉਹਦੀ ਥਾਂ ਤੇ ਜਿਹੜਾ ਵੀ ਲੜੂਗਾ ਪਾਰਟੀ ਉਹਦੀ ਸਪੋਰਟ ਕਰੇ ਔਰ ਬਾਕੀ ਇਲੈਕਸ਼ਨ ਵੀ ਤਗੜੇ ਹੋ ਕੇ ਲੜਨੀ ਚਾਹੀਦੀ ਨਹੀਂ ਅਕਾਲੀ ਦਲ ਨੂੰ ਇਲੈਕਸ਼ਨ ਲੜਨੀ ਚਾਹੀਦੀ ਥੋਕ ਵਜਾ ਕੇ ਲੜਨੀ ਚਾਹੀਦੀ ਮੈਂ ਤਾਂ ਇੱਥੇ ਕੋਰਟ ਦੀ ਤਰੀਕ ਤੇ ਆਇਆ ਸਾਂ ਸੋ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿਉਂਕਿ ਪਾਰਟੀ ਦੀ ਮੀਟਿੰਗ ਉੱਥੇ ਚੰਡੀਗੜ੍ਹ ਸੱਦੀ ਹੋਈ ਹੈ ਮਗਰ ਮੇਰਾ ਇਹ ਮੰਨਣਾ ਕਿ ਇਹ ਜ਼ਰੂਰ ਸਾਡੇ ਪ੍ਰਧਾਨ ਸਾਹਿਬ ਕੈਂਪੇਨ ਨਹੀਂ ਕਰ ਸਕਦੇ ਉਹਨਾਂ ਤੇ ਰੋਕ ਹੈ ਉਹਦਾ ਹੈਂਡੀਕੈਪ ਤਾਂ ਜ਼ਰੂਰ ਹੈ ਮਗਰ ਬਾਕੀ ਵਰਕਰ ਤੇ ਲੀਡਰਸ਼ਿਪ ਤਗੜੇ ਹੋ ਕੇ ਲੜਾਈ ਲੜਨ ਸਰਕਾਰਾਂ 22 ਇਲੈਕਸ਼ਨ 'ਚ ਆਪਦਾ ਜ਼ੋਰ ਅਜ਼ਮਾਈ ਕਰਦੀਆਂ ਨੇ ਔਰ ਇਹ ਵੀ ਫੈਕਟ ਹੈ ਕਿ ਜਿੰਨੀਆਂ 22 ਇਲੈਕਸ਼ਨ ਪਿੱਛੇ ਹੋਈਆਂ ਨੇ ਕਾਂਗਰਸ ਵੇਲੇ ਸਾਡੇ ਵੇਲੇ ਜਾਂ ਹੋਰ ਸਮਿਆਂ 'ਚ ਜਿਹੜੀ ਵੀ ਰੂਲਿੰਗ ਪਾਰਟੀ ਆ ਉਹ ਲਗਭਗ ਉਹ ਇਲੈਕਸ਼ਨ ਜਿੱਤਿਆ ਮਗਰ ਗਾਹਾਂ ਜਨਰਲ ਇਲੈਕਸ਼ਨ ਉਹ ਹਾਰੇ ਨੇ ਸੋ ਕਿਉਂਕਿ ਕਾਫੀ ਕਿਸਮ ਦਾ ਪ੍ਰੈਸ਼ਰ ਪੈਸੇ ਦੀ ਦੁਰਵਰਤੋਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਰੂਲਿੰਗ ਪਾਰਟੀਆਂ ਇਹ ਹਥਕੰਡੇ ਅਪਣਾਉਂਦੀਆਂ ਨੇ ਮਗਰ ਇਹ ਵੀ ਵੇਖਿਆ ਕਿ 22 ਇਲੈਕਸ਼ਨ ਜਿੱਤਣ ਤੋਂ ਬਾਅਦ ਉਹ ਮੇਨ ਇਲੈਕਸ਼ਨ ਹਾਰਦੀਆਂ ਵੀ ਨੇ ਸੋ ਪਾਰਟੀ ਨੇ ਫੈਸਲਾ ਕਰਨਾ ਮੇਰਾ ਆਪਦਾ ਵਿਊ ਬੜਾ ਕਲੀਅਰ ਹੈ ਜੀ ਕਿ ਸਾਨੂੰ ਚਾਹੇ ਗਿੱਦੜ ਵਿੱਚ ਸਾਡੇ ਬੈਸਟ ਕੈਂਡੀਡੇਟ ਪਾਰਟੀ ਸਮਝਦੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੋਣਾ ਸੀ ਉਹ ਨਹੀਂ ਲੜ ਸਕਦੇ ਉਹਦੀ ਥਾਂ ਤੇ ਜਿਹੜਾ ਵੀ ਲੜੂਗਾ ਪਾਰਟੀ ਉਹਦੀ ਸਪੋਰਟ ਕਰੇ ਔਰ ਬਾਕੀ ਇਲੈਕਸ਼ਨ ਵੀ ਤਗੜੇ ਹੋ ਕੇ ਲੜਨੀ ਚਾਹੀਦੀ